ਆਪ ਜੀ ਸ਼ਰਮ ਕਰ ਰਹੇ ਹੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟ, ਮਤਾਂ ਕਿਤੇ ਮੇਰੀ ਪ੍ਰੀਤ ਜਿਹੜੀ ਹੈ ਉਹ ਗੋਬਿੰਦ ਤੋਂ ਘੱਟ ਜਾਵੇ, ਕਿਉਂਕਿ ਇਸ ਭਗਤੀ ਨੂੰ, ਇਸ ਪ੍ਰੇਮ ਨੂੰ ਮੈਂ ਬੜੀ ਮੁਸ਼ਕਲ ਦੇ ਨਾਲ ਹਾਸਿਲ ਕੀਤਾ। ਸੰਸਾਰ ਦੇ ਵਿੱਚ ਜਿਹੜੀ ਚੀਜ਼ ਬਹੁਤ ਮੁਸ਼ਕਲ ਦੇ ਨਾਲ ਪ੍ਰਾਪਤ ਹੋਈ ਹੋਵੇ ਨਾ, ਬੰਦਾ ਫਿਰ ਉਹਦੀ ਸੰਭਾਲ ਵੀ ਬੜੀ ਕਰਦਾ, ਅਤੇ ਜਿਹੜੀ ਸਸਤੇ ਜੀ ਮਿਲ ਜਾਵੇ, ਆਮ ਮਿਲ ਜਾਵੇ, ਉਹਨਾਂ ਦੀ ਕੋਈ ਬਹੁਤੀ ਸੰਭਾਲ ਨਹੀਂ ਕੀਤੀ ਜਾਂਦੀ। ਹੀਰਾ ਕਿਤੇ ਕਿਤੇ ਹੁੰਦਾ, ਸਭ ਜਗ੍ਹਾ ਨਹੀਂ ਹੁੰਦਾ। ਇਸ ਕਰਕੇ ਜਿਹਨੂੰ ਕੋਈ ਮਿਲ ਜਾਵੇ ਕਿਸੇ ਨੂੰ, ਬੜੀ ਸੰਭਾਲ ਦੇ ਨਾਲ, ਬੜੀ ਹਿਫਾਜ਼ਤ ਦੇ ਨਾਲ ਆਪਣੇ ਕੋਲ ਰੱਖਦਾ, ਆਪਣੀ ਸੁਪਰਵਿਜ਼ਨ ਹੇਠ, ਪਹਿਰੇ ਦੇ ਹੇਠ ਉਸਦੀ ਨਿਗਰਾਨੀ ਕੀਤੀ ਜਾਂਦੀ ਹੈ। ਤੇ ਮਾੜੇ ਮੋਟੇ ਗੀਟੀਆਂ ਪੱਥਰ ਭਾਵੇਂ ਅੱਖਾਂ ਦੇ ਸਾਹਮਣੇ ਰੋਂਦੇ ਫਿਰਨ, ਆਦਮੀ ਨੇ ਕਦੀ ਉਹਨਾਂ ਦੀ ਸੰਭਾਲ ਨਹੀਂ ਕੀਤੀ। ਭਗਤ ਰਵਿਦਾਸ ਕਹਿੰਦੇ ਨੇ ਇਹ ਜਿਹੜੀ ਪ੍ਰੇਮਾ ਭਗਤੀ ਹੈ ਨਾ, ਇਹ ਮੈਂ ਬੜੀ ਮੁਸ਼ਕਲ ਹਾਸਿਲ ਕੀਤੀ ਹੈ, ਆਪਣਾ ਮਨ ਦੇ। ਗੁਰੂ ਨੂੰ ਸਭ ਤੋਂ ਮੁਸ਼ਕਲ ਕੰਮ ਹੈ ਆਪਣਾ ਮਨ ਅਰਪਣ ਕਰ ਦੇਣਾ। ਅਸੀਂ ਗੁਰਦੁਆਰੇ ਤੇ ਆ ਜਾਂਦੇ ਹਾਂ, ਬਾਣੀ ਵੀ ਸੁਣਦੇ ਹਾਂ, ਪੜ੍ਹਦੇ ਵੀ ਹਾਂ, ਪਰ ਮਨ ਜਿਹੜਾ ਉਹ ਆਪਣਾ ਹੀ ਰੱਖਦੇ ਹਾਂ, ਉਹ ਨਹੀਂ ਅਰਪਣ ਕਰਦੇ। ਰਾਮ ਨੂੰ, ਪਰਮੇਸ਼ਰ ਨੂੰ ਹੋਰ ਕਿਸੇ ਭੇਟਾ ਦੀ ਲੋੜ ਨਹੀਂ। ਜਿਹੜੀ ਭੇਟਾ ਤੁਸੀਂ ਉਹਦੇ ਅੱਗੇ ਰੱਖ ਰਹੇ ਹੋ, ਸਭ ਉਹਨੇ ਦਿੱਤੀਆਂ ਹੋਣ। ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਕੁਛ ਦੇ ਵੀ ਨਹੀਂ ਸਕਦੇ। ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਚੀਜ਼ ਜਿਹੜੀ ਹੈ ਤੂੰ ਦੇ ਦੇਵੇ ਤੇ ਆਰਾਮ ਤੇਰਾ ਹੋਵੇ। ਇੱਕ ਚੀਜ਼ ਦੇ ਬਦਲੇ ਪਰਮੇਸ਼ਰ ਤੈਨੂੰ ਮਿਲ ਸਕਦਾ ਹੈ। ਇੱਕੋ ਪੰਕਤੀ 'ਚ ਫੈਸਲਾ ਕਰ ਦਿੱਤਾ ਕਬੀਰ ਸਾਹਿਬ ਨੇ, ਮਨ ਤੇ ਰਾਮ ਲੀਆ ਹੈ ਮੋਲ, ਕੰਚਨ ਸਿਉਂ ਪਾਈਏ ਨਹੀਂ ਤੋਲ। ਸੋਨੇ ਚਾਂਦੀ ਜਵਾਹਰਾਤ ਦੇ ਨਾਲ ਤੂੰ ਰੱਬ ਨੂੰ ਨਹੀਂ ਪ੍ਰਾਪਤ ਕਰ ਸਕਦਾ, ਤੂੰ ਪ੍ਰੇਮ ਨਹੀਂ ਹਾਸਲ ਕਰ ਸਕਦਾ, ਤੇਰੇ ਹਿਰਦੇ ਵਿੱਚ ਪ੍ਰੇਮ ਨਹੀਂ ਉਪਜ ਸਕਦਾ। ਇਹ ਹਿਰਦੇ ਦੇ ਵਿੱਚੋਂ ਹੀ ਇਹਨੇ ਉਪਜਣਾ, ਕਿਤੇ ਬਾਹਰੋਂ ਦੁਕਾਨ ਤੋਂ, ਕਿਸੇ ਬਾਹਰ ਹੱਡੀ ਤੋਂ ਤੁਸੀਂ ਇਹਨੂੰ ਖਰੀਦ ਨਹੀਂ ਸਕਦੇ। ਤੇ ਭਗਤ ਰਵਿਦਾਸ ਕਹਿੰਦੇ ਨੇ ਮੈਂ ਆਪਣਾ ਜੀ ਦੇ ਕੇ ਉਹਦੇ ਇਵਜ਼ ਦੇ ਵਿੱਚ ਵੱਡੇ ਸੱਟੇ ਦੇ ਹਿਸਾਬ ਨਾਲ ਮੈਂ ਇਹ ਪ੍ਰੀਤ ਜਿਹੜੀ ਹੈ ਇਹ ਮੁੱਲ ਲਈ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਦ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੈ, ਆਪਣਾ ਜੀ ਦੇ ਕੇ ਇਹ ਪ੍ਰੀਤ ਜਿਹੜੀ ਹੈ ਮੈਂ ਖਰੀਦੀ ਹੈ। ਤੇ ਸਾਧ ਸੰਗਤ ਨੂੰ ਭਾਉ ਨਹੀਂ ਉਪਜੈ, ਬਿਨਾਂ ਸਾਧ ਦੀ ਸੰਗਤ ਤੋਂ ਇਹ ਜੋ ਸਤਸੰਗ ਬੈਠੇ ਹੋ, ਇਹਦੇ ਵਿੱਚ ਬੈਠਣ ਤੋਂ ਬਿਨਾਂ ਜਿਹੜਾ ਭਾਵ ਹੈ, ਜਿਹੜਾ ਭਾਵ ਹੈ, ਭਾਵਨਾ ਜਿਹੜੀ ਹੈ ਉਹ ਪੈਦਾ ਨਹੀਂ ਹੋ ਸਕਦੀ। ਤੇ ਜਦੋਂ ਤੱਕ ਭਾਵਨਾ ਪੈਦਾ ਨਾ ਹੋਵੇ ਉਦੋਂ ਤੱਕ ਸ਼ਰਧਾ ਨਹੀਂ ਬਣਦੀ, ਤੇ ਜਦੋਂ ਤੱਕ ਸ਼ਰਧਾ ਨਾ ਬਣੇ ਉਦੋਂ ਤੱਕ ਪ੍ਰਭੂ ਦੀ ਕਿਰਪਾ ਵੀ ਨਹੀਂ ਹੁੰਦੀ। ਕਿਰਪਾ ਦਾ, ਸ਼ਰਧਾ ਦਾ ਆਪਸ ਵਿੱਚ ਬੜਾ ਕਨੈਕਸ਼ਨ ਹੈ। ਇਧਰੋਂ ਜਿਉਂ ਜਿਉਂ ਸ਼ਰਧਾ ਵਧਣੀ ਸ਼ੁਰੂ ਹੁੰਦੀ ਹੈ ਤਿਉਂ ਪ੍ਰਭੂ ਦੀ ਕਿਰਪਾ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ।
ਪ੍ਰੇਮ ਜਿਹੜਾ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਇਹ ਪ੍ਰੇਮਾ ਭਗਤੀ ਦਾ ਸ਼ਬਦ ਹੈ, ਭਗਤੀ ਨੂੰ ਹੀ ਪ੍ਰੇਮ ਦੱਸਿਆ ਗਿਆ ਤੇ ਜਿਹਦੇ ਅੰਦਰ ਇਹ ਪ੍ਰੇਮ ਪੈਦਾ ਹੋ ਜਾਏ ਉਹ ਪ੍ਰੇਮ ਲੁਕ ਨਹੀਂ ਸਕਦਾ, ਉਹ ਛੁਪਾਇਆ ਲੁਕ ਨਹੀਂ ਸਕਦਾ। ਰਤਨ ਲੁਕਾਇਆ ਲੁਕੇ ਨਾ ਹੀ, ਜੇ ਉਹ ਰੱਖੇ ਲੁਕਾਈ। ਜਿਹਨੇ ਨਾਮ ਜਪਿਆ ਹੋਵੇ ਨਾ ਉਹਦੇ ਮਸਤਕ ਤੋਂ ਹੀ ਪਤਾ ਚੱਲ ਜਾਂਦਾ ਹੈ ਵੀ ਇਹ ਬੰਦਾ ਨਾਮ ਅਭਿਆਸੀ ਹੈ, ਇਹ ਆਦਮੀ ਇਹ ਨਾਮ ਜਪਣ ਵਾਲਾ ਬੰਦਾ ਹੈ। ਤੇ ਉਹਦੇ ਆਸੇ ਪਾਸੇ ਸ਼ਕਤੀਆਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜੜ ਸ਼ਕਤੀ, ਚਿਰ ਚੇਤਨ ਸ਼ਕਤੀ, ਇਹ ਮਾਇਆ ਜੋ ਹੈ ਇਹ ਉਹਦੇ ਪੈਰ ਦੀਆਂ ਦਾਸੀਆਂ ਹੋ ਜਾਂਦੀਆਂ ਨੇ ਤੇ ਸਾਰਾ ਸੰਸਾਰ ਉਹਨੂੰ ਜਾਣਨ ਲੱਗ ਪੈਂਦਾ ਭਾਵੇਂ ਉਹ ਅਨਪੜ੍ਹ ਹੋਵੇ। ਜਿਸ ਨੀਚ ਕੋਈ ਨਾ ਜਾਣੇ, ਗੁਰਬਾਣੀ ਕਹਿੰਦੀ ਹੈ ਨਾਮ ਜਪਤ ਉਹ ਚੰਮ ਕੁੰਟ ਮਾਨੇ, ਇਹ ਤੇ ਪ੍ਰਭੂ ਦਾ ਪਿਆਰ ਹੈ। ਸੰਸਾਰਿਕ ਪਿਆਰ ਕਿਸੇ ਦੇ ਵਿੱਚ ਪੈ ਜਾਵੇ ਉਹ ਲੁਕਾਇਆ ਨਹੀਂ ਲੁਕਦਾ, ਪ੍ਰੇਮੀ ਦੀ ਚਾਲ ਜਿਹੜੀ ਉਹ ਬਦਲ ਜਾਂਦੀ ਹੈ। ਭਾਵੇਂ ਕਿਤਨਾ ਵੀ ਕੋਈ ਲੁਕਾਉਣ ਦਾ ਯਤਨ ਕਰੇ ਪਰ ਪਤਾ ਲਾਉਣ ਵਾਲੇ ਜਿਹੜੇ ਨੇ ਉਹ ਪਤਾ ਲਾ ਹੀ ਲੈਂਦੇ ਨੇ। ਤੇ ਰਵਿਦਾਸ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਫੁਰਮਾਨ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਭਾਵ ਜਿਹੜਾ ਹੈ, ਇਹ ਪ੍ਰੇਮ ਜਿਹੜਾ, ਇਹ ਸਾਧ ਸੰਗਤ ਤੋਂ ਬਿਨਾਂ ਨਹੀਂ ਉਪਜ ਸਕਦਾ। ਤੇ ਸਾਧ ਸੰਗਤ ਕਿਸ ਨੂੰ ਕਹਿੰਦੇ ਨੇ? ਸਾਧ ਸੰਗਤ ਕਹਿੰਦੇ ਨੇ ਗੁਰੂ ਦੇ ਨਜ਼ਦੀਕ ਆਉਣ ਨੂੰ। ਸਾਧ ਸੰਗਤ ਦਾ ਮਤਲਬ ਹੈ ਗੁਰੂ ਦੇ ਲਾਗੇ ਜਾਣਾ, ਇਤਨਾ ਨਜ਼ਦੀਕ ਚਲ ਜਾਣਾ ਜਿਸ ਤਰ੍ਹਾਂ ਇੱਕ ਦੀਪਕ ਤੋਂ ਦੂਸਰਾ ਦੀਵਾ ਰੋਸ਼ਨ ਹੁੰਦਾ ਹੈ, ਓਨੀ ਨੇੜਤਾ ਦੇ ਨਾਲ ਗੁਰੂ ਦੇ ਕੋਲ ਚਲੇ ਜਾਣਾ। ਗੁਰੂ ਤੇ ਤੇਰੇ ਕੋਲ ਹੀ ਸਦਾ, ਪਰ ਆਪਣੇ ਮਨ ਦੇ ਭਰਮ ਦੂਰ ਕਰਕੇ ਉਹਦੀ ਪ੍ਰਾਪਤੀ ਕਰਨੀ, ਉਹਦੇ ਨਾਲ ਭਾਵ ਉਪਜੇਗਾ ਜਿਹਦੇ ਨਾਲ ਤੇਰੀ ਗਤੀ ਜਿਹੜੀ ਹੈ ਉਹ ਸਹਿਜੇ ਹੋ ਜਾਏਗੀ। ਆਓ ਪੰਕਤੀ ਦੇ ਨਾਲ ਇੱਕਦਮ ਫਿਰ ਜੁੜਦੇ ਹਾਂ। ਸਾਧ ਸੰਗਤ ਬਿਨਾਂ ਭਾਵ ਨਹੀਂ ਟਿਕ ਜਾਏ, ਭਾਵ ਦੇ ਭਗਤਾਂ ਹੋਏ ਜਾਏ। ਸਾਧ ਸੰਗਤ show।